ਲੁਧਿਆਣਾ ਦੀ ਪ੍ਰਕਾਸ਼ ਕਲੋਨੀ ਧੂਰੀ ਰੇਲਵੇ ਲਾਈਨ ਵਿਖੇ ਬਿਨਾਂ ਮਨਜ਼ੂਰੀ ਮੋਬਾਈਲ ਟਾਵਰ ਲਗਾਉਣ ਦੀ ਕੋਸ਼ਿਸ਼ ਨੂੰ ਮੁਹੱਲਾ ਵਾਸੀਆਂ ਦੇ ਇੱਕੇ ਨਾਲ ਰੋਕਣ ਲਈ ਧਰਨਾ ਲਗਾਇਆ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਟਾਵਰ ਲਾਉਣ ਤੋਂ ਰੋਕਿਆ ਜਾਵੇ ਕਿਉਂਕਿ ਇਸ ਨਾਲ ਮੁਹੱਲਾ ਵਾਸੀਆਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ। ਰਜਿੰਦਰ ਸਿੰਘ ਭਾਟੀਆ ਕੌਂਸਲਰ ਵਾਰਡ ਨੰਬਰ 46 ਤੋਂ ਮੈਨੂੰ ਇਲਾਕੇ ਦੇ ਕਾਫੀ ਬੰਦਿਆਂ ਦੇ ਫੋਨ ਆਏ ਵੀ ਇੱਥੇ ਬੰਦੇ ਗੁੰਡਾਗਰਦੀ ਨਾਲ ਟਾਵਰ ਲਾ ਰਹੇ ਨੇ ਟਾਵਰ ਲਾ ਲਏ ਨੇ ਉਹਨਾਂ ਨੂੰ ਪਿਆਰ ਨਾਲ ਮੁਹੱਲੇ ਵਾਲਿਆਂ ਨੇ ਬੇਨਤੀ ਕੀਤੀ ਹੈ ਔਰ ਸਮਝਾਇਆ ਵੀ ਇੱਥੇ ਟਾਵਰ ਨਾ ਲਵਾਓ ਬਜ਼ੁਰਗ ਰਹਿੰਦੇ ਨੇ ਵੀ ਟਾਵਰ ਦਾ ਕੋਈ ਫਾਇਦਾ ਨਹੀਂ ਹੈਗਾ ਉਹਦੇ ਵਿੱਚ ਇਹ ਜਿੱਦ 'ਚ ਜਿੱਦਬਾਜ਼ੀ ਦੇ ਵਿੱਚ ਇੱਥੇ ਟਾਵਰ ਲਵਾਉਣਾ ਚਾਹੁੰਦੇ ਨੇ ਕਾਰਪੋਰੇਸ਼ਨ ਤੋਂ ਜਾਂ ਪੁਲਿਸ ਕਮਿਸ਼ਨਰ ਤੋਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਸਾਡੇ ਇਲਾਕੇ ਦੇ ਵਿੱਚ ਟਾਵਰ ਕਰਕੇ ਕੋਈ ਪਰਸਨ ਕੋਈ ਇੱਥੇ ਮਾਹੌਲ ਖਰਾਬ ਹੋਵੇ ਕੋਈ ਨੁਕਸਾਨ ਹੋਵੇ ਕੋਈ ਹਾਦਸਾ ਹੋਵੇ ਇਸ ਟਾਵਰ ਨੂੰ ਪੁਲਿਸ ਕਮਿਸ਼ਨਰ ਨੂੰ ਬੇਨਤੀ ਕਰਦੇ ਹਾਂ ਇਹ ਟਾਵਰ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਅਸਲ ਜਾਂ ਕਾਰਪੋਰੇਸ਼ਨ ਦੇ ਅਫਸਰ ਇਹਨਾਂ ਨੂੰ ਨਹੀਂ ਰੋਕਦੇ ਜਾਂ ਇਹਨਾਂ ਨੂੰ ਮਨਜ਼ੂਰੀ ਦਿੰਦੇ ਨੇ ਇੱਥੇ ਲੜਾਈ ਦਾ ਮਾਹੌਲ ਹੋਊਗਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹਾਂਜੀ ਅਸੀਂ ਕਮਿਸ਼ਨਰ ਸਾਹਿਬ ਨੂੰ ਲਿਖ ਕੇ ਐਪਲੀਕੇਸ਼ਨ ਦੇ ਦਿੱਤੀ ਮੁਹੱਲੇ ਵਾਲਿਆਂ ਦੇ ਸੈਨ ਕਰਾ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਵੀ ਐਪਲੀਕੇਸ਼ਨ ਦੇ ਦਿੱਤੀ ਹੈ ਉਸ ਤੋਂ ਬਾਅਦ ਅਸੀਂ ਪੁਲਿਸ ਕਮਿਸ਼ਨਰ ਨੂੰ ਵੀ ਇਹ ਐਪਲੀਕੇਸ਼ਨ ਦੇ ਚੁੱਕੇ ਹਾਂ ਅਤੇ ਹਜੇ ਤਾਈਂ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ ਸਾਨੂੰ ਸਾਰੇ ਨੂੰ ਬੇਨਤੀ ਕਰਦੇ ਹਾਂ ਇਸ ਟਾਵਰ ਨੂੰ ਰੋਕਿਆ ਜਾਵੇ ਤਾਂ ਕਿ ਇੱਥੇ ਕੋਈ ਵੀ ਹਾਦਸਾ ਹੋਰੋਂ ਬਚ ਜਾਵੇ। ਟਾਵਰ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੂਰੇ ਮੁਹੱਲੇ ਵਿੱਚ ਸਹਿਮ ਦੀ ਲਹਿਰ ਫੈਲ ਗਈ। ਇਸ ਦੇ ਸਿੱਟੇ ਵਜੋਂ ਮੁਹੱਲਾ ਵਾਸੀਆਂ ਨੇ ਆਪਣਾ ਇੱਕਾ ਦਿਖਾਉਂਦੇ ਹੋਏ ਰੋਮੀ ਧਰਨਾ ਦਿੱਤਾ। ਇਸ ਮੌਕੇ ਤੇ ਵਾਰਡ ਦੇ ਕੌਂਸਲਰਾਂ ਵੱਲੋਂ ਸ਼ਹਿਰ ਦੇ ਇਨਸਾਫ ਪਸੰਦ ਲੋਕਾਂ ਤੋਂ ਇਸ ਪਵਿੱਤਰ ਕਾਰ ਲਈ ਸਹਿਯੋਗ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਕੋਈ ਫੌਰੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਏਗਾ। ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ।